ਨਾਨਕ ਸਿੰਘ ਜੀ ਅੱਜ ਤੁਹਾਡੇ ਪੁੱਤ ਨੂੰ ਲੈ ਗਏ ਸੀ, ਕੌਣ ਲੈ ਕੇ ਗਿਆ ਸੀ ਔਰ ਕੀ ਕਹਾਣੀ ਸੀ? ਉਹ ਜੀ ਸੁਖਦੇਵ ਸਿੰਘ ਲੈ ਗਿਆ ਸੀ ਬਟਰਾਲਾ, ਅਤੇ ਉਹ ਉਹਦੀ ਦਾਦੀ ਉਹਦੇ ਕੋਲ ਜਾ ਵੜੀ 6 ਮਹੀਨੇ ਹੋ ਗਏ 7, ਅਤੇ ਉਹ ਆਪਦੇ ਆਪ ਵਾਪਸ ਆ ਗਏ, ਅਸੀਂ ਨਹੀਂ ਮਗਰ ਗਏ, ਅਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ, ਅਤੇ ਸਿੱਧਾ ਜਵਾਕ ਨੂੰ ਬੱਚੇ ਨੂੰ ਚੱਕਣ ਪੈ ਗਿਆ, ਇਹਨੂੰ ਕਿਉਂ ਚੱਕਣ ਲੱਗ ਗਿਆ ਇਹ ਸਮਝੋ ਬਾਹਰ ਆਈ, ਸਾਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ। ਅੱਜ ਮੈਂ ਬਰੇਲ ਤੋਂ ਕਲਾਸ 'ਚ ਆਉਂਦਾ ਸੀ, ਅਤੇ ਹੁਣ ਮੈਂ ਪਾਣੀ ਪੀਣ ਲਈ ਕਦੋਂ ਜਾਇਆ, ਇੱਕ ਭਾਈ ਨੇ ਮੈਨੂੰ ਫੜਿਆ ਅਤੇ ਕਹਿੰਦਾ ਬਈ ਉੱਥੇ ਮੇਰੇ ਨਾਲ ਚੱਲ, ਮੈਂ ਕਿਹਾ ਮੈਂ ਨਹੀਂ ਜਾਂਦਾ, ਕਹਿੰਦਾ ਮੈਂ ਤੈਨੂੰ ਮਾਰ ਦੂੰਗਾ, ਅਤੇ ਉਹ ਕਹਿੰਦਾ ਨਾਲੇ ਬਈ ਮੈਂ ਸਰਾਂ ਕੋਲ ਤੈਨੂੰ ਲੈ ਕੇ ਜਾਊਂਗਾ, ਤੂੰ ਕਹਿ ਦੀ ਬਈ ਇਹ ਮੇਰੇ ਪਾਪਾ ਵਾ, ਅਤੇ ਮੈਨੂੰ ਉਹਨੇ ਉਹ ਦਿੱਤੀਆਂ ਧਮਕੀਆਂ ਦਿੱਤੀਆਂ, ਤੇ ਮੈਂ ਕਹਿਤਾ ਜੇ ਬਾਅਦ ਚੰਗਾ। ਉਹ ਕਹਿੰਦਾ ਉਹਨੇ ਸਰ ਨੂੰ ਪੁੱਛਿਆ, ਸਰ ਜੀ ਜੀ ਇਹਨੂੰ ਜੀ ਬਾਹਰ ਲੈ ਜਾਈਏ, ਸਰ ਨੂੰ ਜੀ ਦੇਣ ਜਾਣ ਦਿੱਤਾ, ਤੇ ਜੇ ਕਦੋਂ ਅਸੀਂ ਬਾਹਰ ਗਏ ਜੋ ਉਹਨੇ ਸਾਨੂੰ ਜੀ ਮੋਟਰਸਾਈਕਲ ਦਬਾਇਆ ਜੀ, ਬਾਅਦ ਚੋਂ ਜੀ ਇੱਧਰ ਲੈ ਗਿਆ ਜੀ ਪੁੱਤਰ, ਜੀ ਪੁੱਤਰ ਜਾ ਕੇ ਜੀ ਕਦੋਂ ਪੁਲਿਸ ਵਾਲਿਆਂ ਦੀ ਗੱਡੀ ਕੋਲ ਜੀ ਨਾ ਗਈ, ਉਹ ਪਹਿਲਾਂ ਪੁਲਿਸ ਵਾਲਿਆਂ ਦੀ ਗੱਡੀ ਦਾ ਹੋਸਟਲ ਬੰਦ ਸੀ, ਕਦੋਂ ਉਹਨਾਂ ਦੇ ਮੋਟਰਸਾਈਕਲ ਕੋਲ ਜੀ ਨਾ ਗਿਆ ਤਾਂ ਉਹਦੀ ਪੁਲਿਸ ਵਾਲੀ ਗੱਡੀਆਂ ਦਾ ਗੱਡੀ ਦਾ ਰੁਤਰ ਵੱਜਿਆ, ਅਤੇ ਉਹਨੂੰ ਪਤਾ ਲੱਗ ਗਿਆ ਬਈ ਉਹ ਹੈ ਮੇਰੇ ਪਿੱਛੇ ਪੁਲਿਸ ਲੱਗੀ ਹੈ, ਅਤੇ ਮੈਨੂੰ ਕਹਿੰਦਾ ਮੈਂ ਤੈਨੂੰ ਬੱਸ 'ਤੇ ਚੜ੍ਹਾ ਦੂੰਗਾ, ਮੈਂ ਕਿਹਾ ਮੈਂ ਨਹੀਂ ਚੜ੍ਹਦਾ ਬੱਸ 'ਤੇ, ਮੈਨੂੰ ਘਰੇ ਸੱਦ ਗਿਆ। ਬਾਅਦ 'ਚੋਂ ਉਹ ਕਹਿੰਦਾ ਸੱਦਿਆਉਂਗਾ ਪਰ ਮੇਰਾ ਨਾਂ ਨਾ ਲੈ ਜਾਵਾਂ ਵੀ ਬਈ ਮੈਂ ਤੈਨੂੰ ਇੱਥੇ ਸੱਦ ਕੇ ਗਿਆ। ਤੂੰ ਲੈ ਕੇ ਕੀ ਕਿਉਂ ਗਿਆ, ਤੈਨੂੰ ਕਾਹਦੇ ਵਾਸਤੇ ਲੈ ਕੇ ਗਿਆ? ਜੇ ਸਰਾਂ ਨੇ ਉਹਨੂੰ ਕਹਿਤਾ, ਉਹ ਕਹਿੰਦਾ ਮੈਂ ਇਹਨੂੰ ਖਾਣ ਪੀਣ ਲਈ ਲੈ ਕੇ ਜਾਣਾ, ਸਰਾਂ ਨੂੰ ਤੂੰ ਕਹਿਆ ਕੋਈ ਹਥਿਆਰ ਵੀ ਸੀਗਾ? ਜੀ ਜੀ ਸੀਗਾ। ਜਿੱਦਾਂ ਸਰ ਨੇ ਕਿਵੇਂ ਜਾਣ ਦਿੱਤਾ ਸਰਦਾਰ? ਜੀ ਦੇ ਤਾਂ ਉਹਨੇ ਸਰ ਨੇ ਰੋਕਿਆ ਨਹੀਂ, ਮੋਟਰਸਾਈਕਲ ਬਾਹਰ ਖੜਾ ਸੀ ਜੀ, ਮੋਟਰਸਾਈਕਲ ਬਾਹਰ ਖੜਾ ਸੀ, ਸਰ ਨੇ ਰੋਕਿਆ ਨਹੀਂ। ਵਾਪਸ ਕਿਵੇਂ ਆਇਆ ਫਿਰ? ਵਾਪਸ ਉਹ ਆਪ ਹੀ ਸੱਦ ਕੇ ਗਿਆ। ਕਿੱਥੇ ਚੜ ਕੇ ਗਿਆ? ਸਕੂਲ ਦੇ ਸਾਹਮਣੇ। ਨਾਨਕ ਸਿੰਘ ਜੀ ਅੱਜ ਤੁਹਾਡੇ ਪੁੱਤ ਨੂੰ ਲੈ ਗਏ ਸੀ, ਕੌਣ ਲੈ ਕੇ ਗਿਆ ਸੀ ਔਰ ਕੀ ਕਹਾਣੀ ਸੀ? ਉਹ ਜੀ ਸੁਖਦੇਵ ਸਿੰਘ ਲੈ ਗਿਆ ਸੀ ਬਟਰਾਲਾ, ਅਤੇ ਉਹ ਉਹਦੀ ਦਾਦੀ ਉਹਦੇ ਕੋਲ ਜਾ ਵੜੀ 6 ਮਹੀਨੇ ਹੋ ਗਏ 7, ਅਤੇ ਉਹ ਆਪਦੇ ਆਪ ਵਾਪਸ ਆ ਗਏ, ਅਸੀਂ ਨਹੀਂ ਮਗਰ ਗਏ, ਅਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ, ਅਤੇ ਸਿੱਧਾ ਜਵਾਕ ਨੂੰ ਬੱਚੇ ਨੂੰ ਚੱਕਣ ਪੈ ਗਿਆ, ਇਹਨੂੰ ਕਿਉਂ ਚੱਕਣ ਲੱਗ ਗਿਆ ਇਹ ਸਮਝੋ ਬਾਹਰ ਆਈ, ਸਾਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੌਣ ਨੇ। ਸੁਖਦੇਵ ਸਿੰਘ ਕੌਣ ਹੈ, ਕਿਵੇਂ ਤੁਹਾਨੂੰ ਜਾਣਦਾ ਹੈ, ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ? ਉਹ ਤੁਹਾਨੂੰ ਦੱਸੀ ਤਾਂ ਜਾਣਾ, ਉਹ ਇਹਦੀ ਦਾਦੀ ਉਹਦੇ ਕੋਲ ਜਾ ਵੜੀ ਸੀ, ਉਹ ਹੁਣ ਆ ਗਈ ਇੱਥੇ। ਕਿੰਨੀ ਦੇਰ ਤੋਂ ਉੱਥੇ ਰਹਿੰਦੀ ਸੀ ਇਹਦੀ ਦਾਦੀ? ਹੋ ਗਏ 6-7 ਮਹੀਨੇ। ਕੀ ਦਾਦੀ ਨੂੰ ਕਹਿੰਦਾ ਸੀ ਗੱਲਬਾਤ ਕਰਨੀ ਹੈ ਦਾਦੀ ਨਾਲ, ਕੀ ਕਹਿੰਦਾ ਕੀ ਸੀ? ਮੈਨੂੰ ਹੁਣ ਕੀ ਪਤਾ, ਧੱਕੇ ਨਾਲ ਉਹਨੂੰ ਨਸ਼ਾ ਨੁਸ਼ਾ ਖਵਾ ਕੇ ਉਹਨੂੰ ਲੈ ਜਾਂਦਾ ਜੀ। ਬੱਚਾ ਵਾਪਸ ਪੁਲਿਸ ਨੂੰ ਰਿਪੋਰਟ ਕੀਤੀ ਹੈ ਜੀ, ਮੁੜ ਕੇ ਪੁਲਿਸ ਗਈ ਭਾਲਣ, ਮਗਰ ਗਈ ਪੁਲਿਸ, ਮੁੜ ਕੇ ਉਹ ਪਿੰਡ ਲੈ ਗਿਆ, ਪਿੰਡ ਵੀ ਕਿਸੇ ਨੇ ਕਿਹਾ ਵੀ ਅਤੇ ਉਹਨਾਂ ਦਾ ਬੱਚਾ ਉੱਥੇ ਛੱਡਿਆ ਤੂੰ ਚੰਗਾ ਰਹਿ ਜਾਏਗਾ, ਅਤੇ ਉਹ ਫਿਰ ਇੱਥੇ ਛੱਡ ਕੇ ਅਤੇ ਮੁੜ ਲੱਗਿਆ ਜੀ, ਫਿਰ ਫੜਿਆ ਗਿਆ। ਬੱਚੇ ਨੂੰ ਕਿੱਥੋਂ ਲੈ ਕੇ ਗਿਆ? ਸਕੂਲੋਂ ਜੀ। ਅਤੇ ਕਿਸੇ ਟੀਚਰ ਨੇ ਨਹੀਂ ਰੋਕਿਆ? ਟੀਚਰ ਨੇ ਨਹੀਂ ਰੋਕਿਆ ਜੀ, ਸਾਨੂੰ ਕੋਈ ਪਤਾ ਨਹੀਂ, ਅਸੀਂ ਤਾਂ ਘਰੇ ਸੀਗੇ, ਸਾਨੂੰ ਕੀ ਪਤਾ? ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੱਚੇ ਨੂੰ ਲੈ ਗਿਆ? ਉਸ ਤੋਂ ਬਾਅਦ ਫੋਨ ਆਇਆ ਸੀ 10-20 ਮਿੰਟਾਂ ਬਾਅਦ ਵੀ ਤੁਹਾਡਾ ਕੋਈ ਬੰਦਾ ਤੇ ਪੋਤੇ ਨੂੰ ਲੈ ਗਿਆ, ਮੁੰਡੇ ਨੂੰ। ਛੱਡ ਕੇ ਕਿੱਥੇ ਗਿਆ? ਸਕੂਲ ਲੈ ਕੇ ਘਰੇ? ਹਾਂ, ਸਕੂਲ ਦੇ ਬਾਹਰ ਮੂਹਰੇ ਲਾ ਗਿਆ ਜੀ ਉਹ। ਆਕਮ ਸਿੰਘ ਜੀ ਅੱਜ ਬੇਟੇ ਨਾਲ ਕੀ ਹੋਇਆ ਤੁਹਾਡੇ ਨਾਲ?
ਸਕੂਲੋਂ ਲੈ ਗਿਆ ਜੀ ਕੋਈ ਚੱਕ ਕੇ ਜੀ। ਕੌਣ ਸੀਗਾ ਜਿਹੜਾ ਲੈ ਗਿਆ? ਉਹ ਬੁੱਟਰਾਂ ਦਾ ਬੰਦਾ ਸੀਗਾ ਜੀ। ਜਾਣਦੇ ਸੀ ਤੁਸੀਂ ਉਹਨੂੰ? ਹਾਂਜੀ ਅਸੀਂ ਤਾਂ ਨਹੀਂ ਜਾਣਦੇ ਸੀ, ਡੈਡੀ ਹੁਣੀ ਜਾਣਦੇ ਸੀਗੇ ਜੀ। ਕੌਣ ਕਿਵੇਂ ਜਾਣਦੇ ਸੀ? ਉਹ ਮੇਰੀ ਮੰਮੀ ਸੀਗੀ ਜੀ, ਉਹਦੇ ਘਰੇ ਪਹਿਲਾਂ ਤੋਂ ਹੀ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ। ਤੇ ਮੁੰਡੇ ਨੂੰ ਕਿਉਂ ਲੈ ਗਿਆ ਧੱਕੇ ਨਾਲ? ਉਹ ਵੀ ਲੈ ਗਿਆ ਸੀ। ਹਾਂਜੀ ਉਹ ਮੇਰੀ ਮੰਮੀ ਵਾਪਸ ਆ ਗਈ ਅੱਜ 3-4 ਦਿਨ ਹੋ ਗਏ ਜੀ, ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ। ਕੀ ਕਹਿੰਦੇ ਮੰਮੀ ਦੇ ਕੋਈ ਸੰਬੰਧ ਸੀ ਉਹਦੇ ਨਾਲ? ਹਾਂਜੀ ਹਾਂਜੀ। ਕਿੰਨੀ ਦੇਰ ਤੋਂ ਉੱਥੇ ਰਹਿ ਰਹੀ ਸੀ ਮੰਮੀ? ਮੰਮੀ ਹੋ ਗਿਆ ਜੀ 6 ਮਹੀਨੇ ਜੀ। ਕੀ ਕਹਿ ਕੇ ਕੀ ਲੈ ਗਿਆ ਬੱਚੇ ਨੂੰ ਸਕੂਲ? ਬੱਚੇ ਨੂੰ ਜੀ ਐਂ ਲੈ ਗਿਆ ਜੀ, ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ, ਤੇ ਕਹਿੰਦਾ ਮਾਸਟਰ ਨੂੰ ਕਹਿ ਦੇ ਮੇਰਾ ਪਾਪਾ ਲੱਗਦਾ। ਤੁਹਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ? ਨਹੀਂ ਜੀ ਉਹਨੇ ਨੀ ਕੋਈ ਫੋਨ ਲਾਇਆ ਜੀ। ਤੁਹਾਨੂੰ ਕੀ ਪਤਾ ਲੱਗਿਆ? ਸਾਨੂੰ ਮਾਸਟਰਾਂ ਨੇ ਫੋਨ ਲਾਇਆ ਜੀ, 20 ਮਿੰਟਾਂ ਬਾਅਦ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਕੋਈ ਲੈ ਗਿਆ ਇੱਥੋਂ, ਵੀ ਉਹ ਕਹਿਣ ਲੱਗਾ ਮੈਂ ਇਹਦਾ ਪਾਪਾ ਹੈਗਾ ਤੇ ਮੇਰੇ ਨਾਲ ਚੱਲ। ਕਿਵੇਂ ਮਿਲਿਆ ਕਿਵੇਂ ਬੱਚਾ? ਹਾਂਜੀ ਬੱਚਾ ਮਿਲਿਆ ਉਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਦਰਖਾਸਤ ਦੇਤੀ ਜੀ, ਉਹਦੇ ਬਾਅਦ ਜਾ ਕੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਗਰ ਪੁਲਿਸ ਆ ਗਈ ਹੈ। ਫਿਰ ਇੱਥੇ ਸਕੂਲ ਦੇ ਮੂਹਰੇ ਲਾ ਕੇ ਉੱਠ ਗਿਆ ਜੀ। ਬੱਚਾ ਮਿਲ ਗਿਆ ਤੁਹਾਨੂੰ? ਠੀਕ? ਹਾਂਜੀ ਹਾਂਜੀ ਬੱਚਾ ਠੀਕ ਹੈ ਜੀ। ਕੋਈ ਸੱਟ ਫੁੱਟ ਤਾਂ ਨਹੀਂ ਮਾਰੀ ਬੱਚੇ ਦੇ? ਨਹੀਂ ਨਹੀਂ ਜੀ। ਕੀ ਸੀ ਕੀ ਉਹਦੇ ਕੋਲ ਜਦੋਂ ਲੈ ਕੇ ਗਿਆ ਕੋਈ ਹਥਿਆਰ ਵਗੈਰਾ? ਕੀ 10 ਸੀਗਾ ਜੀ, ਇੱਕ ਚਾਕੂ ਸੀਗਾ ਜੀ। ਅੰਕੁਰ ਗੁਪਤਾ ਜੀ ਦੇ ਗਾਈਡੈਂਸ ਦੇ ਅੰਦਰ ਉਹਨਾਂ ਨੇ ਟੀਮ ਉਦੋਂ ਹੀ ਤਿਆਰ ਕਰਕੇ ਆਪਾਂ ਰੇਡ ਸ਼ੁਰੂ ਕਰਤੀਆਂ ਸੀਗੀਆਂ, ਤੇ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਐਕਿਊਜ਼ ਹੈਗਾ ਹੈ ਸੁਖਦੇਵ ਸਿੰਘ ਸਨ ਆਫ ਗਰਜਨ ਸਿੰਘ ਪੁੱਟਰ ਕਲਾਂ ਦਾ, ਉਹਨੂੰ ਤੇ ਬੱਚੇ ਨੂੰ ਰਾਊਂਡ ਅਪ ਕਰ ਲਿਆ। ਮੇਨ ਇਹਨਾਂ ਦਾ ਕਾਰਨ ਸੀਗਾ ਜੀ, ਜਿਹੜਾ ਬੱਚਾ ਉਹਦੀ ਗ੍ਰੈਂਡ ਮਦਰ ਦੇ ਨਾਲ ਇਹ ਬੰਦੇ ਦਾ ਅਫੇਅਰ ਸੀਗਾ, ਤੇ ਜਦੋਂ ਉਹਨੇ ਆਪਣਾ ਉਹਨੇ ਵਾਪਸ ਆਪਣੀ ਫੈਮਿਲੀ ਕੋਲ ਉਹ ਲੇਡੀ ਗਈ ਹੈ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ, ਤਾਂ ਉਹਨੇ ਉਸ ਰੰਜਿਸ਼ ਤਹਿਤ ਉਹਨੇ ਬੱਚਾ ਅਗਵਾ ਕਰ ਲਿਆ ਸੀ। ਹਾਂਜੀ ਸਕੂਲ ਦੇ ਅੰਦਰੋਂ ਲੈ ਕੇ ਗਿਆ ਸੀ ਬੱਚਾ, ਤੇ ਟੀਚਰ ਨੂੰ ਹੀ ਕਹਿ ਕੇ ਲੈ ਕੇ ਗਿਆ ਕਿ ਮੈਂ ਇਹਦਾ ਗ੍ਰੈਂਡ ਫਾਦਰ ਹੈ। ਨਹੀਂ ਬੱਚਾ ਬਾਚੋ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੱਚੇ ਨੂੰ ਉਹਨੇ ਡਰਾ ਧਮਕਾ ਕੇ ਲੈ ਕੇ ਗਿਆ, ਜਿਹੜਾ ਬੱਚੇ ਦਾ ਸੀ ਬਚਨ ਜਦੋਂ ਲਿਆ। ਬੱਚਾ ਆਪਣਾ ਮੈਨੇ ਰੋਡ ਤੋਂ ਬਰਾਮਦ ਹੋਇਆ ਹੈ, ਬੁੱਗੀਪੁਰੇ ਤੋਂ ਮੈਨੇ ਨੂੰ ਜਿਹੜੀ ਰੋਡ ਆਉਂਦੀ ਹੈ ਉੱਥੋਂ ਰੋਡ ਸਾਈਡ ਤੋਂ। ਅਸੀਂ ਟੈਕਨੀਕਲ ਸਪੋਰਟ ਦੀ ਹੈਲਪ ਨਾਲ ਉਹਦਾ ਨੰਬਰ ਸਾਨੂੰ ਮਿਲ ਗਿਆ ਸੀ ਬੰਦੇ ਦਾ, ਤਾਂ ਕਾਫੀ ਸਪੋਰਟਿਵ ਰਿਹਾ, ਉਹਦੀ ਹੈਲਪ ਨਾਲ ਅਸੀਂ ਬੱਚਾ ਰਾਊਂਡ ਅਪ। ਹਾਂਜੀ ਬੰਦਾ ਰਾਊਂਡ ਅਪ ਕਰ ਲਿਆ, ਉਹ ਜਿਹੜੇ ਵਹੀਕਲ ਤੇ ਗਿਆ ਸੀ ਉਹ ਰਾਊਂਡ ਅਪ ਕਰ ਲਿਆ, ਤੇ ਉਹਦੇ ਕੋਲ ਇੱਕ ਤੇਜ਼ ਤਾਰ ਕਾਪਾ ਸੀਗਾ ਤੇ ਉਹ ਵੀ ਕਬਜ਼ੇ 'ਚ ਲਿਆ ਗਿਆ ਜੀ। ਬਸ ਉਹ ਰੰਜਿਸ਼ ਦੇ ਤਹਿਤ ਹੀ ਜੀ ਉਹ ਲੈ ਕੇ ਗਿਆ। ਹਾਂਜੀ ਉਹੀ ਰੰਜਿਸ਼ ਸੀ ਨਾ ਕਿ ਉਹ ਜਦੋਂ ਵਾਪਿਸ ਆ ਗਈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ, ਤਾਂ ਉਹਨੇ ਆ ਕਦਮ ਚੱਕ ਲਿਆ। ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਅਸੀਂ ਅੰਡਰ ਰੈਲੀਵੈਂਟ ਸੈਕਸ਼ਨ ਐਂਡ ਬੰਦੇ ਨੂੰ ਅਰੈਸਟ ਕਰ ਲਿਆ, ਤੇ ਬਾਕੀ ਉਹਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾ। ਹਾਂਜੀ ਬੱਚਾ ਹੈਂਡ ਓਵਰ ਕਰ ਦਿਆ ਜੀ ਮੈਮ। ਬੱਚਾ ਤੰਦਰੁਸਤ ਸੀਗਾ, ਥੈਂਕ ਯੂ, ਠੀਕ ਸੀਗਾ ਜੀ। ਇੱਕ ਅਪੀਲ ਸਕੂਲ ਵਾਲਿਆਂ ਨੂੰ ਜ਼ਰੂਰ ਕਰਨਾ ਚਾਹੂੰਗੀ ਮੈਂ ਵੀ ਤੁਸੀਂ ਬੱਚਾ ਕੋਈ ਵੀ ਹੈਂਡ ਓਵਰ ਕਰਦੇ ਹੋ ਸਪੈਸ਼ਲੀ ਮਾਈਨਰ ਚਾਈਲਡ ਜਿਹੜੇ ਹੁੰਦੇ ਆ, ਤਾਂ ਕਾਈਂਡਲੀ ਸਿਰਫ ਫੈਮਿਲੀ ਮੈਂਬਰ ਜਿਹੜੇ ਉਹਦੇ ਪੇਰੈਂਟਸ ਹੁੰਦੇ ਆ ਇਮੀਡੀਏਟ, ਸਿਰਫ ਉਹਨਾਂ ਨੂੰ ਹੀ ਹੈਂਡ ਓਵਰ ਕਰੋ। ਕੋਈ ਆ ਕੇ ਕਹਿੰਦਾ ਕਿ ਮੈਂ ਇਹਨਾਂ ਦਾ ਰਿਲੇਟਿਵ ਹਾਂ, ਤਾਂ ਕਾਈਂਡਲੀ ਪਹਿਲਾਂ ਕ੍ਰੋਸ ਵੈਰੀਫਾਈ ਕਰ ਲਿਆ ਜਾਵੇ ਵੀ ਫੈਮਿਲੀ ਨੇ ਭੇਜਿਆ ਵੀ ਹੈਗਾ।
ਇਹ ਚੀਜ਼ ਦਾ ਸਾਨੂੰ ਅੱਜ ਬੜੀ, ਜੇ ਕੁਛ ਬੱਚੇ ਨੂੰ ਹੋ ਜਾਂਦਾ ਤਾਂ ਕਾਫੀ ਪ੍ਰੋਬਲਮ ਆ ਜਾਣੀ ਸੀ।